अवारा पशुओं की वजह नाल हो रहे सड़क हादसों के विच लगातार वाधा हो रहा है। ताजा मामला समराला तो सामने आया जिथे कि देर शाम समराला विखे चंडीगढ़ लुधियाना बाईपास से मरी हुई अवारा गां की वजह नाल एक व्यक्ति की जान चली गई। दसा जा रहा है कि मोहाली साइड तो आती हुई कार उस मरी हुई गां दे विच टकराई। टक्कर इन्नी भयानक सी कि कार सवार व्यक्ति की मौके ते ही मौत हो गई। मृतक की पहचान अमरिंदर सिंह दिलावरी वजो हुई है, जो कि बुढ़ेवाल शुगर मिल विच चीफ इंजीनियर सी। उथे मौके ते मौजूद रणजीत कौर वासी समराला ने दसिया कि वह चंडीगढ़ तो समराला विखे आ रहे सन, तो उन्होंने देखा कि मरी हुई गां दे नाल इक कार टकराई। कार ने तीन चार पलटियां खादिया। जदों उन्होंने कार विच देखा तो एक व्यक्ति कार विच सी जिसके सह चल रहे सन। राहगीरां दी मदद नाल उस व्यक्ति नू बाहर कढ़िया गया ते उस नू हस्पताल पहुंचाया गया। दूजे पासे सरकारी हस्पताल दी डॉक्टर ने जानकारी दिंदिया दस्या कि उन्होंने कोल अमरिंदर सिंह नाम दे एक व्यक्ति नू लिया गया सी, जिसकी की मौत पहला ही हो चुकी सी। जिस तों बाद मृतक देह नू मोर्चरी विच रख दिता गया ते पुलिस वल्लों उन्हां दे घरदिआं नू सूचित कर दिता गया। इन्फॉर्मेशन मिली ही टोल ते। अच्छा, ते बंदिआं कहिंदे एक्सीडेंट हो गया, गाईं वज्जी गई, दो वड्डियां सीगियां। हां जी, हां जी, कालेज वज्जियां सीगियां। ਅਸੀਂ ਚੰਡੀਗੜ੍ਹ ਤੋਂ ਆ ਰਹੇ, ਮੇਰਾ ਨਾਮ ਰਣਜੀਤ ਕੌਰ, ਅਸੀਂ ਸਮਰਾਲੇ ਦੇ ਲੋਕਲ ਹਾਂ, ਕਪਲਾ ਕਲੋਨੀ ਦੇ। ਜਦੋਂ ਅਸੀਂ ਚੰਡੀਗੜ੍ਹ ਤੋਂ ਆ ਰਹੇ ਹਾਂ ਵੀਰ ਜੀ, ਅਸੀਂ ਸਾਹਮਣੇ ਆ ਦੇਖਦੇ ਹਾਂ ਤੇ ਗਾਂ ਮਰੀ ਹੋਈ ਸੀਗੀ, ਤੇ ਜਦੋਂ ਉਹ ਗੱਡੀ ਵਿੱਚ ਵੱਜੀ ਆ, ਗੱਡੀ ਹਵਾ ਦੇ ਵਿੱਚ ਦੋ ਤਿੰਨ ਵਾਰ ਘੁੰਮੀ ਆ। ਕਹਿਣ ਦਾ ਮਤਲਬ ਕਿ ਅਸੀਂ ਜਦੋਂ ਦੇਖਿਆ ਕਿ ਉਹ ਵੱਜੇ ਜਾਂ ਇਸ ਤਰ੍ਹਾਂ ਵੱਜੇ ਨੇ ਕਿ ਅਸੀਂ ਦੇਖ ਨਹੀਂ ਸਕਦੇ। ਜਦੋਂ ਅਸੀਂ ਬਾਹਰ ਆ ਕੇ ਦੇਖਿਆ ਉਹਨਾਂ ਨੂੰ ਫਟਾਫਟ ਦੇਖਿਆ ਸਾਰੇ ਬੰਦਿਆਂ ਨੇ, ਬਟ ਉਸ ਟਾਈਮ ਉਹਨਾਂ ਦੀ ਸਾਹ ਚੱਲਦੇ ਸੀ। ਸਾਰਿਆਂ ਨੂੰ ਰੌਲਾ ਪਾਇਆ ਕਿ ਇਹਨਾਂ ਨੂੰ ਬਾਹਰ ਕੱਢ ਲਓ। ਬਾਹਰ ਕੱਢਣ ਦੇ ਬਾਵਜੂਦ ਵੀ ਕਿਸੇ ਨੇ ਕੱਢਿਆ ਨਹੀਂ। ਉਸ ਟਾਈਮ ਉਹਨਾਂ ਦੇ ਸਾਹ ਚੱਲਦੇ ਸੀਗੇ। ਤੇ ਗੱਡੀ ਕਿੱਧਰੋਂ ਆ ਰਹੀ ਸੀ ਜੀ? ਇਹ ਲੁਧਿਆਣੇ ਸਾਈਡ ਤੋਂ ਕਹਿ ਰਹੇ ਨੇ ਗੱਡੀ ਆ ਰਹੀ ਸੀ। ਤੇ ਗੱਡੀ 'ਚ ਕਿੰਨੇ ਜਾਣੇ ਸੀਗੇ? ਇਕੱਲੇ ਸੀਗੇ। ਤੇ ਕਿੰਨਾ ਟਾਈਮ ਲੱਗਿਆ ਉਹਨਾਂ ਨੂੰ ਕੱਢਣ ਨੂੰ? ਘੱਟੋ ਘੱਟ ਤਕਰੀਬਨ ਸਾਨੂੰ 2 ਘੰਟੇ ਲੱਗ ਗਏ ਵੀ ਜੀ। ਤੇ ਕਿਸੇ ਨੇ ਨਹੀਂ ਆ ਕੇ ਕੱਢਿਆ, ਹੱਥ ਨਹੀਂ ਪਾਇਆ। ਕੀ ਹਾਲਾਤ ਰਹੇ ਉਹਨਾਂ ਦੇ ਹੁਣ? ਨਹੀਂ, ਇਸ ਟਾਈਮ ਉਹਨਾਂ ਦੇ ਹਾਲਾਤ ਡੈਥ ਹੋ ਗਈ ਚੁੱਕੀ ਆ, ਪਰ ਉਹਨਾਂ ਦੇ ਹਾਲਾਤ ਹੈ ਨਹੀਂ ਸੀਗੇ। ਉਸ ਟਾਈਮ ਸਾਹ ਚੱਲਦੇ ਸੀ ਕੁਛ, ਸਾਹ ਜਿੱਦਾਂ ਮਿਲ ਕੇ ਦੀਏ ਵੀ ਕੋਈ ਜੇ ਹੱਥ ਪਾਉਂਦਾ ਤਾਂ ਸ਼ਾਇਦ ਬਚ ਸਕਦੇ ਸੀ, ਪਰ ਹੁਣ ਉਹ ਡੈਡ ਨੇ। ਸੌਰੀ, ਇਸ ਲਈ ਸਾਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਅਸੀਂ ਐਸੇ ਜੇ ਪੰਜਾਬ ਤੋਂ। ਇਹ ਜਿਹੜਾ ਐਕਸੀਡੈਂਟ ਹੋਇਆ ਗਊ ਕਰਕੇ ਹੋਇਆ? ਹਾਂਜੀ, ਗਊ ਕਰਕੇ ਹੋਇਆ ਜੀ, ਬਿਲਕੁਲ। ਇਸ ਟਾਈਮ ਵੀ ਹਜੇ ਵੀ ਉਹ ਉੱਥੇ ਪਈ ਆ ਤੇ ਦੋ ਤਿੰਨ ਗਾਵਾਂ ਹੋਰ ਵੀ ਉਹਨਾਂ ਦੇ ਅੱਗੇ ਅੱਗੇ ਪਿੱਛੇ ਫਿਰ ਰਹੀਆਂ ਨੇ। ਕੋਈ ਹੋਰ ਵੀ ਗੱਡੀ ਟਕਰਾਈ ਉਹ 'ਚ? ਹਾਂਜੀ, ਦੋ, ਇੱਕ ਡਸਟਰ ਹੈ ਜੀ। ਮੇਰਾ ਨਾਮ ਡਾਕਟਰ ਸੰਚਾਰੀ ਸਾਹ ਹੈ, ਮੈਂ ਸਿਵਲ ਹਸਪੀਟਲ ਸਮਰਾਲਾ ਮੇ ਮੈਡੀਕਲ ਆਫਿਸਰ ਹੂੰ। ਤਕਰੀਬਨ 7:30 ਵਜੇ ਬ੍ਰੌਡ ਡੈਡ ਪੇਸ਼ੈਂਟ ਆਏ। ਉਨ੍ਹਾਂ ਦਾ ਨਾਮ ਹੈ ਅਮਿੰਦਰ ਪਾਲ ਸਿੰਘ ਦਿਲਾਵਰੀ। ਪੇਸ਼ੈਂਟ ਕਾ ਆਈ ਡੀ ਕਾਰਡ ਮਿਲਾ ਪੇਸ਼ੈਂਟ ਕੇ ਪਾਕਿਟ ਸੇ। पेशेंट को सुखदीप सिंह पासर बाई थे, वो लेके आए थे। पेशेंट का एक्सीडेंट हुआ नियर राधा स्वामी फ्लाईओवर बोंदली। तो जब वो आए तो उनका पल्स भी अनरिकॉर्डेबल था, कॉर्नियर रिफ्लेक्स भी नहीं थी, ईसीजी भी स्ट्रेट लाइन शो की है। उनके आईडी कार्ड में ये पता चला कि ही सन ऑफ श्री रशपाल सिंह, एज इज 55 ईयर्स मेल एंड ही इज रेसिडेंट ऑफ मोहाली। मैम, कहाँ से आ रहे थे, कहाँ जा रहे थे, कुछ पता लगा? ये मैं नहीं बता सकती, बट ये मोहाली के रहने वाले हैं, इतना ही पता है। मैम, कितने बंदे थे गाड़ी में, कुछ और है कोई? नहीं, जो मुझे इन्फॉर्मेशन मिला, ही वॉज द ओनली पर्सन जो कार में थे। ਇਹ ਐਕਸੀਡੈਂਟ ਆ ਪੁੱਲ ਤੇ ਹੋਇਆ ਜੀ। ਪੁੱਲ ਦੇ ਨਾ ਵਿਚਾਲੇ ਡੰਗਰ ਇੱਕ ਮਰਿਆ ਪਿਆ ਸੀਗਾ। ਅੱਛਾ ਜੀ। ਤੇ ਪਹਿਲਾਂ ਉਹਦੇ ਵਿੱਚ ਮੇਰੀ ਗੱਡੀ ਵੱਜ ਕੇ, ਗੱਡੀ ਡਿਵਾਈਡਰ 'ਚ ਵੱਜੀ ਫਿਰ ਮੇਰੀ। ਅੱਛਾ ਜੀ। ਤੇ ਮੈਂ ਤਾਂ ਹਜੇ ਆਪਣੀ ਗੱਡੀ 'ਚੋਂ ਹਜੇ ਦੇਖ ਹੀ ਰਿਹਾ ਸੀਗਾ, ਉੱਤਰ ਰਿਹਾ ਸੀਗਾ, ਇੱਕ ਪਿੱਛੋਂ ਹੋਰ ਗੱਡੀ ਆਈ, ਉਹ ਗੱਡੀ ਉਹਦੇ ਵਿੱਚ ਵੱਜ ਕੇ ਡੰਗਰ ਦੇ, ਅਤੇ ਅੱਗੇ ਜਾ ਕੇ ਮਤਲਬ ਕਾਫੀ ਗੇੜੇ ਜੇ ਖਾ ਗਈ, ਘੁੰਮ ਕੇ ਗੱਡੀ ਕਾਫੀ ਦੂਰ ਜਾ ਕੇ ਰੁਕੀ। ਕਿੰਨੇ ਬੰਦੇ ਸੀ ਉਹ? ਉਹਦੇ ਵਿੱਚ ਵੀ ਇੱਕੋ ਹੀ ਬੰਦਾ ਸੀਗਾ ਜੀ। ਉਹ ਕਿੱਥੇ, ਉਹ ਚੰਡੀਗੜ੍ਹੋਂ ਆ ਰਿਹਾ ਸੀ ਉਹ ਵੀ? ਹਾਂ, ਉਹ ਕਹਿੰਦੇ ਮੋਹਾਲੀ ਦਾ ਬੰਦਾ ਸੀਗਾ। ਚੰਡੀ ਮੋਹਾਲੀ ਤੋਂ ਆ ਰਹੇ ਡਿਊਟੀ। ਅੱਛਾ ਜੀ। ਅਤੇ ਡਿਊਟੀ ਆ ਰਹੇ ਸੀਗੇ ਅਤੇ ਰਸਤੇ ਸਾਨੂੰ ਇਨਫੋਰਮ ਗਿਆ, ਅਸੀਂ ਵੀ ਘਰੇ ਸੀਗੇ ਅਤੇ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ। ਸਡਨਲੀ ਅਸੀਂ ਆਏ ਤਾਂ ਇਹਨਾਂ ਦਾ ਔਨ ਦੀ ਸਪੋਟ ਮੂਹਰੇ ਗੈਂ ਆ ਗਈ। ਇੰਨਾ ਪਤਾ ਲੱਗਿਆ ਵੀ ਗੈਂ ਮਰੀ ਪਈ ਸੀ। ਹੋਰ ਵੀ ਗੱਡੀਆਂ ਦੇ ਐਕਸੀਡੈਂਟ ਹੋਏ ਨੇ, ਇਹਨਾਂ ਦੀ ਵੀ ਐਕਸੀਡੈਂਟ ਹੋਇਆ ਅਤੇ ਗੈਂ ਦੀ ਵਜ੍ਹਾ ਨਾਲ
ਇਹਨਾਂ ਦਾ ਔਨ ਦੀ ਸਪੋਟ ਡੈਥ ਹੋ ਗਈ ਤੇ ਇਹਨਾਂ ਦੇ ਘਰਦੇ ਨੂੰ ਪਤਾ ਲੱਗ ਗਿਆ ਜੀ ਹਾਂਜੀ ਇਹਨਾਂ ਦੇ ਘਰਦੇ ਫੈਮਿਲੀ ਤੇ ਫੈਮਿਲੀ ਜੀ ਕਿਹੜੇ ਮੈਰਿਡ ਸੀਗੇ ਜਾਂ ਬੱਚੇ ਬੱਚੇ ਨੇ ਜੀ ਇਹਨਾਂ ਦੀ ਵਾਈਫ ਯਾਰ ਬੇਟੀ ਤੇ ਬੇਟਾ ਸਮਰਾਲਾ ਤੋਂ ਵਰੁਣ ਕੋਸ਼ਲ ਦੈਨਿਕ ਸਵਰਾ ਟੀਵੀ